ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪ ਜੀ ਦੇ ਨਾਲ ਦਾਸ ਇੱਕ ਅਸਚਰਜ ਕੋਤਕ ਦੀ ਵਾਰਤਾ ਆਪ ਸੰਗਤਾਂ ਦੇ ਰੂਬਰੂ ਕਰੇਗਾ। ਇਹ ਘਟਨਾ ਕੁਝ ਸਮਾਂ ਪਹਿਲਾਂ ਦੀ ਹੈ, ਜੋ ਕਿ ਬਿਲਕੁਲ ਸੱਚੀ ਘਟਨਾ ਹੈ। ਕਈ ਵੀਰ ਸ਼ਾਇਦ ਤਰਕ ਵੀ ਕਰਨ, ਪਰ ਇਹ ਘਟਨਾ ਬਿਲਕੁਲ ਸੱਚ ਹੈ। ਇਹ ਵਾਰਤਾ ਤਿੰਨ ਸਿੰਘਾਂ ਦੇ ਨਾਲ ਕੁਝ ਸਮਾਂ ਪਹਿਲਾਂ ਹੀ ਵਾਪਰੀ ਹੈ। ਸਾਡੇ ਇਲਾਕੇ ਦੇ ਵਿੱਚ ਮਹਾਂਪੁਰਖ ਨੇ ਅਤੇ ਉਹ ਤਿੰਨ ਸਿੰਘ ਉੱਥੇ ਦੇ ਸੇਵਾਦਾਰ ਨੇ ਅਤੇ ਸੰਤ ਜਰਨੈਲ ਸਿੰਘ ਜੀ ਦੇ ਉਹ ਮਹਾਂਪੁਰਖ ਬਹੁਤ ਹੀ ਵੱਡੇ ਪੱਧਰ 'ਤੇ ਇਸ ਸਮੇਂ ਦੇ ਵਿੱਚ ਸਮਾਗਮ ਕਰਵਾ ਰਹੇ ਨੇ ਅਤੇ ਅਲੱਗ ਅਲੱਗ ਪਿੰਡਾਂ ਦੇ ਵਿੱਚ ਜਾ ਕੇ ਉਹ ਪ੍ਰਚਾਰ ਕਰਦੇ ਨੇ। ਅਤੇ ਕੁਝ ਸਮਾਂ ਪਹਿਲਾਂ ਸੰਤਾਂ ਨੇ ਉਹਨਾਂ ਤਿੰਨ ਸਿੰਘਾਂ ਦੀ ਡਿਊਟੀ ਲਾਈ ਕਿ ਤੁਸੀਂ ਚੰਡੀਗੜ੍ਹ ਦੇ ਕੋਲ ਇੱਕ ਸ਼ਹਿਰ ਹੈ, ਦਾਸ ਨੂੰ ਉਸ ਸ਼ਹਿਰ ਦਾ ਨਾਂ ਤਾਂ ਵਿਸਰ ਗਿਆ ਹੈ, ਅਤੇ ਉਸ ਸ਼ਹਿਰ ਭੇਜਿਆ ਕਿ ਜਾਓ ਉੱਥੋਂ ਕੀਰਤਨ ਦੀਆਂ ਕੈਸਟਾਂ ਲੈ ਕੇ ਆਓ। ਇਹ ਕੀਰਤਨ ਦੀਆਂ ਕੈਸਟਾਂ ਜਿੱਥੇ ਵੀ ਮਹਾਂਪੁਰਖ ਕੀਰਤਨ ਦਰਬਾਰ ਕਰਵਾਉਂਦੇ ਨੇ, ਕੀਰਤਨ ਦਰਬਾਰ ਦੀ ਸਮਾਪਤੀ ਦੇ ਸਮੇਂ ਜਦ ਸੰਗਤਾਂ ਲੰਗਰ ਛਕ ਰਹੀਆਂ ਹੁੰਦੀਆਂ ਨੇ, ਉਸ ਸਮੇਂ ਲਗਾਈਆਂ ਜਾਂਦੀਆਂ ਨੇ। ਅਤੇ ਉਹ ਤਿੰਨ ਸਿੰਘ ਉੱਥੇ ਕੈਸਟਾਂ ਲੈਣ ਚਲੇ ਗਏ। ਜਿਸ ਸਮੇਂ ਸਿੰਘ ਵਾਪਸ ਆ ਰਹੇ ਸੀ ਤਾਂ ਉਹ ਇੱਕ ਦੂਜੇ ਨੂੰ ਛੱਲੀਆਂ ਖਾਣ ਲਈ ਗੱਡੀ ਖੋਪੇ 'ਤੇ ਰੋਕਣ ਲਈ ਕਹਿ ਰਹੇ ਸੀ। ਜਿਸ ਤਰ੍ਹਾਂ ਕਈ ਵਾਰ ਅਸੀਂ ਸਫ਼ਰ ਵਿੱਚ ਕਹਿ ਦੇਈਦਾ ਹੈ, ਚੱਲ ਅਗਲੇ ਪੈਟਰੋਲ ਪੰਪ ਤੋਂ ਤੇਲ ਪਵਾਉਂਦੇ ਹਾਂ, ਚਲੋ ਅਗਲੇ ਤੋਂ ਪਵਾਉਂਦੇ ਹਾਂ, ਇਸੇ ਤਰ੍ਹਾਂ ਹੀ ਸਿੰਘਾਂ ਨੇ ਤਿੰਨ ਚਾਰ ਛੱਲੀਆਂ ਦੀਆਂ ਦੁਕਾਨਾਂ ਨੂੰ ਨਗਾ ਦਿੱਤਾ। ਅਤੇ ਹੁਣ ਸਮਾਂ ਰਾਤ 8:30-9 ਦਾ ਹੋ ਚੁੱਕਾ ਸੀ ਅਤੇ ਆਖਰ ਸਿੰਘਾਂ ਨੇ ਜਲੰਧਰ ਦੇ ਲਾਗੇ ਗੱਡੀ ਰੋਕੀ। ਅਤੇ ਜਿਸ ਸਮੇਂ ਰੋਕੀ ਤਾਂ ਖੋਪੇ ਵਾਲਾ ਖੋਪੇ ਨੂੰ ਬੰਦ ਕਰ ਰਿਹਾ ਸੀ ਅਤੇ ਉਸਨੇ ਅਚਾਨਕ ਹੀ ਕਿਹਾ ਕਿ ਤੁਸੀਂ ਆ ਗਏ ਭਾਈ, ਮੈਂ ਤੁਹਾਡਾ ਬਹੁਤ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਸੀ। ਤਾਂ ਸਿੰਘ ਬੜੇ ਹੈਰਾਨ ਹੋਏ ਕਿ ਇਹ ਸਾਡਾ ਇੰਤਜ਼ਾਰ ਕਿਉਂ ਕਰ ਰਿਹਾ ਹੈ। ਤਾਂ ਉਸਨੇ ਦੱਸਿਆ ਕਿ ਮੇਰੇ ਕੋਲ 1 ਘੰਟਾ ਪਹਿਲਾਂ ਇੱਕ ਬੰਦਾ ਆਇਆ ਸੀ ਅਤੇ ਉਹ ਮੈਨੂੰ ਕਹਿਣ ਲੱਗਾ ਕਿ ਮੇਰੇ ਦੋਸਤ ਆ ਰਹੇ ਨੇ ਅਤੇ ਕਾਹਲੀ ਦੇ ਵਿੱਚ ਨੇ, ਅਤੇ ਤੂੰ ਛੇਤੀ 3 ਛੱਲੀਆਂ ਤਿਆਰ ਕਰ ਦੇ। ਅਤੇ ਆਪ ਉਹ ਉੱਥੋਂ ਚਲਾ ਗਿਆ। ਅਤੇ ਖਾਲਸਾ ਜੀ, ਇੱਥੇ ਦੇਖਣ ਵਾਲੀ ਗੱਲ ਤਾਂ ਇਹ ਸੀ ਕਿ 3 ਹੀ ਦੋਸਤ, 3 ਹੀ ਛੱਲੀਆਂ ਉਸਨੇ ਕਿਹਾ। ਅਤੇ ਫਿਰ ਸਿੰਘਾਂ ਨੇ ਉਸ ਖੋਪੇ ਵਾਲੇ ਤੋਂ ਪੁੱਛਿਆ ਕਿ ਬੰਦਾ ਕਿਸ ਤਰ੍ਹਾਂ ਦਾ ਸੀ। ਤਾਂ ਉਸਨੇ ਦੱਸਿਆ ਕਿ ਉਹ ਸਰਦਾਰ ਬੰਦਾ ਸੀ ਅਤੇ ਉਹ ਬੁਲਟ ਦੇ ਉੱਪਰ ਸਵਾਰ ਸੀ ਅਤੇ ਉਹ ਬੰਦਾ ਮੈਂ ਪਹਿਲਾਂ ਇਸ ਇਲਾਕੇ ਦੇ ਵਿੱਚ ਕਦੀ ਨਹੀਂ ਵੇਖਿਆ ਸੀ ਅਤੇ 1 ਘੰਟਾ ਪਹਿਲਾਂ ਮੇਰੇ ਪਾਸ ਆਇਆ ਸੀ। ਅਤੇ ਸਿੰਘਾਂ ਨੂੰ 1 ਘੰਟਾ ਪਹਿਲਾਂ ਹੀ ਉਹਨਾਂ ਮਹਾਂਪੁਰਸ਼ਾਂ ਦਾ ਫੋਨ ਆਇਆ ਸੀ ਅਤੇ ਉਸੇ ਸਮੇਂ ਹੀ ਸਿੰਘ ਛੱਲੀਆਂ ਖਾਣ ਬਾਰੇ ਸੋਚ ਰਹੇ ਸੀ। ਸੋ ਇਸ ਪ੍ਰਕਾਰ ਇਹ ਘਟਨਾ ਉਹਨਾਂ ਤਿੰਨਾਂ ਸਿੰਘਾਂ ਦੇ ਨਾਲ ਵਾਪਰੀ, ਜੋ ਕਿ ਬਿਲਕੁਲ ਸੱਚੀ ਘਟਨਾ ਹੈ। ਹੁਣ ਇੱਥੇ ਕਈ ਵੀਰ ਸ਼ਾਇਦ ਤਰਕ ਵੀ ਕਰਨਗੇ, ਪਰ ਵੀਰੋ ਗੁਰਬਾਣੀ ਕਹਿੰਦੀ ਹੈ, ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨੌ ਨਿੱਧ। ਅਕਾਲ ਪੁਰਖ ਦੀ ਜੋ ਆਰਾਧਨਾ ਕਰਦਾ ਹੈ, ਉਸਦੇ ਰਿੱਧੀਆਂ ਸਿੱਧੀਆਂ ਤਾਂ ਮਗਰ ਮਗਰ ਫਿਰਦੀਆਂ ਨੇ। ਗੁਰੂ ਦਸਮ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਘੱਟ ਘੱਟ ਕੇ ਅੰਤਰ ਕੀ ਜਾਣਤ। ਉਹ ਸਾਰਿਆਂ ਦੇ ਅੰਦਰ ਦੀ ਜਾਣਦਾ ਹੈ। ਆਪ ਅਕਾਲ ਪੁਰਖ ਵਾਹਿਗੁਰੂ ਨਹੀਂ ਹੀ ਨਹੀਂ ਬਲਕਿ ਉਸਦੇ ਭਗਤ ਜਨ, ਉਸਦੇ ਪਿਆਰੇ, ਕਿਉਂਕਿ ਉਹ ਇੱਕ ਹੀ ਹੁੰਦੇ ਨੇ। ਜਿਵੇਂ ਗੁਰਬਾਣੀ ਕਹਿੰਦੀ ਹੈ, ਹਰ ਹਰ ਜਨ ਦੋਈ ਏਕ ਹੈ। ਅਤੇ ਇਸੇ ਤਰ੍ਹਾਂ ਹੀ ਬਾਬਾ ਜੀ ਨੇ ਉਹਨਾਂ ਸਿੰਘਾਂ ਦੇ ਅੰਦਰਲੀ ਗੱਲ ਨੂੰ ਜਾਣਿਆ। ਅਤੇ ਅਸੀਂ ਐਵੇਂ ਮੂੰਹ ਚੱਕ ਕੇ ਹਰ ਚੀਜ਼ 'ਤੇ ਤਰਕ ਕਰਦੇ ਹਾਂ, ਪਰ ਸਾਨੂੰ ਇਹ ਨਹੀਂ ਪਤਾ ਇਸ ਯੂਨੀਵਰਸ ਦੇ ਵਿੱਚ ਕੀ ਹੈ। ਸਾਨੂੰ ਤਾਂ ਦੁਨਿਆਵੀ ਗਲੀ ਮਹੱਲਿਆਂ ਦੇ ਨਾਂ ਨਹੀਂ ਪਤਾ ਹੁੰਦੇ ਅਤੇ ਅਸੀਂ ਉਂਗਲਾਂ ਉਸ ਕਰਤੇ ਦੀਆਂ ਬਣਾਈਆਂ ਗੁਪਤ ਰਮਝਾਂ 'ਤੇ ਉਠਾਉਂਦੇ ਹਾਂ। ਸੋ ਗੁਰੂ ਪਿਆਰਿਓ, ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।